ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ। ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ। ਵਿਚਾਰ ਤਕਰਾਰ ਦੇ ਵਿੱਚ ਅੱਜ ਇੱਕ ਬੇਹੱਦ ਗੰਭੀਰ ਮਸਲਾ। ਅੱਜ ਪੂਰੀ ਦੁਨੀਆ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੀ ਹੈ, ਕਿਉਂਕਿ ਅੱਜ ਹੀ ਦੇ ਦਿਨ 2 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਉਸ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਉਸਦੀ ਯਾਦ ਦੇ ਵਿੱਚ ਲੋਕ ਭਾਵੁਕ ਵੀ ਹੁੰਦੇ ਨੇ, ਲੋਕ ਰੋਸ ਦੇ ਵਿੱਚ ਵੀ ਆਉਂਦੇ ਨੇ, ਲੋਕਾਂ ਦੇ ਵਿੱਚ ਗੁੱਸਾ ਵੀ ਹੁੰਦਾ ਕਿ ਆਖਿਰਕਾਰ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਕਤਲ ਕਿਉਂ ਕਰ ਦਿੱਤਾ ਗਿਆ। ਜੇ ਕਤਲ ਕਰ ਦਿੱਤਾ ਗਿਆ, ਉਸਦੇ ਕਾਤਲ ਅੱਜ ਵੀ ਆਜ਼ਾਦ ਕਿਉਂ ਨੇ? ਅੱਜ ਦਾ ਦਿਨ ਸਿੱਧੂ ਮੂਸੇਵਾਲਾ ਦੇ ਫੈਨਸ, ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਲੋਕ ਜਿਹੜੇ ਨੇ, ਉਹ ਭਾਵੇਂ ਰੋਸ ਦੇ ਵਿੱਚ ਨੇ, ਗਮ ਦੇ ਵਿੱਚ ਨੇ, ਪਰਿਵਾਰ 'ਤੇ ਕੀ ਬੀਤਦੀ ਹੋਣੀ, ਇਹ ਸਮਝਣਾ ਬੇਹੱਦ ਜ਼ਰੂਰੀ ਆ। ਇਹ ਅਸਹਿ ਅਤੇ ਅਕਹਿ ਦੁੱਖ ਅਤੇ ਦਰਦ ਹੈ ਜਿਹੜਾ, ਇਹ ਸ਼ਾਇਦ ਪਰਿਵਾਰ ਤੋਂ ਵੱਧ ਕੋਈ ਵੀ ਨਹੀਂ ਸਮਝ ਸਕਦਾ। ਇਸ ਕਰਕੇ ਅਸੀਂ ਅੱਜ ਪਰਿਵਾਰਕ ਮੈਂਬਰ ਦੇ ਨਾਲ ਗੱਲ ਕਰਾਂਗੇ, ਸਿੱਧੂ ਮੂਸੇਵਾਲਾ ਦੇ ਰੋਲ ਮਾਡਲ ਨਾਲ ਗੱਲ ਕਰਾਂਗੇ, ਸਿੱਧੂ ਮੂਸੇਵਾਲਾ ਦੇ ਦੋਸਤ ਨਾਲ ਗੱਲ ਕਰਾਂਗੇ, ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਵਾਰ ਅਤੀਤ 'ਤੇ ਝਾਤੀ ਮਾਰ ਲੈਂਦੇ ਹਾਂ ਕਿ ਅੱਜ ਤੋਂ ਠੀਕ 2 ਸਾਲ ਪਹਿਲਾਂ, ਅੱਜ ਹੀ ਦੇ ਟਾਈਮ ਲਾ ਲਓ ਲਗਭਗ, ਕੀ ਹੋਇਆ ਸੀ? ਕਿਉਂਕਿ ਦੁਨੀਆ ਨੂੰ ਇਸ ਵਕਤ ਤੱਕ ਪਤਾ ਲੱਗ ਗਿਆ ਸੀਗਾ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਇੱਕ ਖਾਸ ਰਿਪੋਰਟ ਦੇਖੋ, ਉਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨਾਲ ਗੱਲ ਕਰਾਂਗੇ। ਇੱਕੀਵੀਂ ਸਦੀ ਦੇ 22ਵੇਂ ਸਾਲ ਦੇ 5ਵੇਂ ਮਹੀਨੇ ਦੀ 29 ਤਰੀਕ ਦੀ ਸ਼ਾਮ ਤਕਰੀਬਨ 5 ਵਜੇ ਇੱਕ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਇੱਕ ਸ਼ਹਿਰ ਜਾਂ ਇੱਕ ਸੂਬਾ ਜਾਂ ਇੱਕ ਦੇਸ਼ ਹੀ ਨਹੀਂ, ਮੰਨੋ ਸਾਰੀ ਦੁਨੀਆ ਹੀ ਕੰਬ ਗਈ। ਜੀ ਹਾਂ, ਇੱਕ ਅਜਿਹਾ ਨੌਜਵਾਨ ਜੋ ਸਿੰਗਰ ਤੋਂ ਸੁਪਰਸਟਾਰ ਅਤੇ ਫਿਰ ਸਿਆਸਤਦਾਨ ਬਣਿਆ, ਇੱਕ ਅਜਿਹਾ ਨੌਜਵਾਨ ਜੋ ਵਿਦੇਸ਼ਾਂ ਦੇ ਐਸ਼ੋ ਆਰਾਮ, ਸ਼ਹਿਰ ਦੀ ਰੌਣਕ, ਸੁੱਖ ਸੁਵਿਧਾਵਾਂ ਸਭ ਕੁਝ ਛੱਡ ਕੇ ਆਪਣੇ ਪਿੰਡ 'ਚ ਆਪਣੇ ਮਾਪਿਆਂ ਕੋਲ ਰਹਿੰਦਾ ਸੀ, ਪਰ ਜਿਸ ਦਾ ਨਾਮ ਦੁਨੀਆ ਭਰ 'ਚ ਡਾਲਰਾਂ ਵਾਂਗ ਚੱਲਦਾ ਸੀ, ਜਿਸ ਦੇ ਨਾਲ ਦੁਨੀਆ ਦਾ ਹਰ ਵੱਡਾ ਕਲਾਕਾਰ ਕੋਲੈਬ ਕਰਨਾ ਚਾਹੁੰਦਾ ਸੀ, ਜਿਸ ਦੀ ਮੌਤ ਤੋਂ ਬਾਅਦ ਆਏ ਉਸਦੇ ਗਾਣੇ ਸੋਸ਼ਲ ਮੀਡੀਆ 'ਤੇ, ਬਿਲ ਬੋਰਡਾਂ 'ਤੇ ਤੱਕ ਪਾਉਂਦੇ ਨੇ, ਉਸੇ ਦਾ ਬੜੀ ਹੀ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਨੂੰ ਦਹਾਕੇ ਦਾ ਸਭ ਤੋਂ ਵੱਡਾ ਕਤਲਕਾਂਡ ਦੱਸਿਆ ਗਿਆ। ਇਸ ਕਤਲਕਾਂਡ ਦੀ ਸ਼ਰੇਆਮ ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ। ਇਸ ਕਤਲਕਾਂਡ ਦੇ ਲਈ ਸਿੱਧੇ ਅਸਿੱਧੇ ਤੌਰ 'ਤੇ ਆਪ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਿਆ ਗਿਆ, ਕਿਉਂਕਿ ਜਿਵੇਂ ਹੀ ਇਸ ਕਲਾਕਾਰ ਦੀ ਸਿਕਿਉਰਿਟੀ ਹਟਾਈ ਗਈ, ਇਸ ਦੀ ਜਾਣਕਾਰੀ ਜਨਤਕ ਕੀਤੀ ਗਈ, ਉਸ ਦਾ ਕਤਲ ਕਰ ਦਿੱਤਾ ਗਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ, ਜਿਸ ਦੀ ਮੌਤ ਨੂੰ ਅੱਜ ਪੂਰੇ 2 ਸਾਲ ਬੀਤ ਗਏ ਨੇ। ਮਾਸਟਰ ਮਾਈਂਡ ਦਾ ਨਾਮ ਸਾਹਮਣੇ ਆ ਗਿਆ, ਸ਼ੂਟਰ ਗ੍ਰਿਫਤਾਰ ਹੋ ਗਏ, ਕੁਝ ਮਾਰੇ ਗਏ, ਅਨੇਕਾਂ ਗ੍ਰਿਫਤਾਰੀਆਂ ਹੋਈਆਂ, ਪਰ ਅੱਜ ਵੀ ਜਿਸ ਦਾ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ। ਰਹੀ ਹੈ ਕੋ ਮਾਨਯੋਗ ਅਦਾਲਤ ਦੇ ਵਿੱਚ ਵੀ, ਔਰ ਪੋਲੀਟੀਕਲ ਵੀ, ਸਮਾਜਿਕ ਤੌਰ 'ਤੇ ਵੀ, ਜਿੱਥੇ ਜਿੱਥੋਂ ਕਿਤੋਂ ਵੀ ਕੋਈ ਤਾਕਤ ਮਿਲਦੀ ਹੈ, ਕੋਸ਼ਿਸ਼ ਕਰ ਰਹੇ ਕੁਲੈਕਟ ਕਰਨ ਦੀ। ਔਰ ਅੱਜ ਵੀ
ਇਲੈਕਸ਼ਨ 'ਚ ਜਾਣ ਦਾ ਵੀ ਇਹੀ ਮਨ ਸੀ ਵੀ ਲੋਕਾਂ ਨੂੰ ਵੱਧ ਤੋਂ ਵੱਧ ਮੈਂ ਲਾਭਬੰਦ ਕਰ ਸਕਾਂ। ਅਗਰ ਕੋਈ ਸੈਂਟਰ ਦੇ ਵਿੱਚ ਬਦਲਾਅ ਆਉਂਦਾ ਹੈ ਤਾਂ ਜਸਟਿਸ ਦੀ ਉਮੀਦ ਥੋੜ੍ਹੀ ਹੋਰ ਵਧੀਆ ਹੁੰਦੀ ਹੈਗੀ। ਉਹ ਤਾਂ ਮਗਰਮੱਛ ਵਾਲੇ ਹੰਝੂ ਹੈ ਜੀ, ਦੇਣਾ ਆਉਂਦਾ ਤਾਂ 2 ਸਾਲ ਦਾ ਸਮਾਂ ਬੜਾ ਕਾਫੀ ਸੀਗਾ, ਇਹਦੇ 'ਚ ਕਿਹੜਾ ਕੋਈ ਕਿਤੋਂ ਕੁਛ ਲੱਭਣਾ ਸੀ? ਕਲੀਅਰ ਗੱਲ ਹੈ ਸਾਰੀ, ਸਰਕਾਰ ਵੱਲੋਂ ਹਲਫਨਾਮਾ ਵੀ ਦਿੱਤਾ ਜਾ ਰਿਹਾ, ਉਹਦੇ 'ਚ ਮੰਨ ਵੀ ਰਹੇ ਵੀ ਅਸੀਂ ਸਿਕਿਉਰਿਟੀ ਘਟਾਈ, ਔਰ ਸਾਰਾ ਪ੍ਰੋਸੈਸ ਸਰਕਾਰ ਦੇ ਸਾਹਮਣੇ ਪਿਆ, ਸਰਕਾਰ ਦੇ ਸਾਹਮਣੇ ਵੀਡੀਓ ਬਣ ਚੁੱਕੀ ਹੈ, ਸਰਕਾਰ ਦੇ ਸਾਹਮਣੇ ਪ੍ਰਸਾਰਿਤ ਹੋ ਚੁੱਕੀ ਹੈ, ਪਰੰਤੂ ਫਿਰ ਵੀ ਉਹ ਦੱਸਣਾ ਨਹੀਂ ਚਾਹੁੰਦੇ। ਹੁਣ ਇਹਦੇ 'ਚ ਫਿਰ ਆਪਾਂ ਜਦੋਂ ਮਨਸ਼ਾ ਹੀ ਨਹੀਂ ਸਰਕਾਰ ਦੱਸਣ ਦੀ, ਫਿਰ ਆਪਾਂ ਕੀ ਕਰ ਸਕਦੇ ਹਾਂ? ਜੀ ਹਾਂ, ਅੱਜ ਹੀ ਦੇ ਦਿਨ ਯਾਨੀ ਕਿ 29 ਮਈ ਦੀ ਸ਼ਾਮ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੋਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿਖੇ ਘੇਰ ਕੇ ਸ਼ਾਰਪ ਸ਼ੂਟਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਗੋਲੀਆਂ ਦੀ ਹੁੰਦੀ ਇਸ ਵਿਛਾੜ ਦੀ ਤਾੜ ਤਾੜ ਸੁਣ ਅੱਜ ਵੀ ਰੂਹ ਕੰਬ ਉੱਠਦੀ ਹੈ। ਇਹ ਤਸਵੀਰਾਂ ਯਾਦਗਾਰ ਅੱਜ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਆਪਣੇ ਜਵਾਨ ਪੁੱਤ ਦੇ ਬੁੱਤ 'ਤੇ ਹਾਰ ਚੜਾ ਰਹੇ ਇੱਕ ਪਿਓ ਦੇ ਦਿਲ 'ਤੇ ਕੀ ਬੀਤ ਰਹੀ ਹੋਣੀ ਹੈ, ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਮੈਂ ਤਾਂ ਦਾਅਵਾ ਵੀ ਨਹੀਂ ਸੁਣਿਆ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ, ਕੁਛ ਨਹੀਂ ਕਰ ਰਹੇ ਬਿਲਕੁਲ। ਸਿਰਫ ਅਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਉਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀ ਹੈ, ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ, ਤਾਂ ਮੈਂ ਕਿਵੇਂ ਕਹਿੰਦਾ ਵੀ ਦਾਅਵੇ ਕਰਨਗੇ ਜਾਂ ਕੁਛ ਕਰਨਗੇ? ਇਸ ਸਿਸਟਮ ਨੇ ਕੁਛ ਨਹੀਂ ਕਰਨਾ, ਇਕੱਲੇ ਹੋਏ ਨੇ ਦੋਨੋਂ, ਸਟੇਟ ਵੀ ਭਾਜਪਾ ਵੀ। ਭਾਜਪਾ ਨੇ 268 ਲਾ ਕੇ ਉਹਨੂੰ ਸੇਫ ਤਾਂ ਕਰ ਰੱਖਿਆ, ਉਹਨੂੰ ਕੋਈ ਮਾਰ ਨਾ ਦੇਵੇ ਉਹ ਤੋਂ ਕੰਮ ਲੈਣਾ, ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਵਾਉਣੀਆਂ। ਇਹ ਇੱਕ ਨੈਕਸਸ ਹੈ, ਗੱਠਜੋੜ ਹੈ ਇੱਕ, ਜਿਹੜਾ ਬਿਲਕੁਲ ਕਾਮਯਾਬੀ ਨਾਲ। ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ, ਸਾਨੂੰ ਸਮਝ ਸਾਰੀ ਹੈ, ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ, ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉੱਥੋਂ। ਜਿਹੜਾ ਬੰਦਾ ਤੁਹਾਡੇ ਖਿਲਾਫ਼ ਆਵਾਜ਼ ਚੁੱਕਦਾ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ, ਪਰ ਸਾਨੂੰ ਤੁਹਾਡੀਆਂ ਚਾਲਾਂ ਜ਼ਰੂਰ ਸਮਝ ਆ ਗਈਆਂ, ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ। ਰਾਹੁਲ ਗਾਂਧੀ ਵੀ ਜਦ ਲੁਧਿਆਣਾ 'ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਵੱਲੋਂ ਵੀ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪਰ ਇੱਥੇ ਵੱਡਾ ਸਵਾਲ ਹਾਲੇ ਵੀ ਬਰਕਰਾਰ ਹੈ ਕਿ ਆਖਰ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲੇਗਾ, ਉਹਨਾਂ ਖਿਲਾਫ਼ ਕਾਰਵਾਈ ਕਦੋਂ ਹੋਵੇਗੀ ਜਿਨ੍ਹਾਂ ਨੇ ਸਿੱਧੂ ਦੀ ਸਿਕਿਉਰਿਟੀ ਹਟਾਏ ਜਾਣ ਦੀ ਗੱਲ ਜਨਤਕ ਕੀਤੀ ਸੀ, ਕਿਉਂਕਿ ਹੁਣ ਬੀਤੇ ਦਿਨ ਤਾਂ ਸਰਕਾਰ ਵੀ ਗੋਲਮੋਲ ਤਰੀਕੇ ਨਾਲ ਮੰਨਦੀ ਨਜ਼ਰ ਆਈ ਕਿ ਸਿੱਧੂ ਦੀ ਸਿਕਿਉਰਿਟੀ ਘਟਣ ਤੋਂ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਦੱਸੋ ਕਿ ਕੀ ਸਮਝੀਏ? ਬਿਊਰੋ ਰਿਪੋਰਟ, PTC ਨਿਊਜ਼। ਅੱਜ ਦਾ ਦਿਨ ਬੜਾ ਹੀ ਵਿਭਾਗਾ ਹੈ, ਸਾਡੇ ਨਾਲ ਖੁਦ ਮੌਜੂਦ ਨੇ, ਅਸੀਂ ਉਸ ਦਰਦ ਨੂੰ ਉਸ ਅਸਹਿ ਅਤੇ ਅਕਹਿ ਦਰਦ ਨੂੰ ਮਹਿਸੂਸ ਵੀ ਕਰ ਸਕਦੇ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਜੀ ਸਾਡੇ ਨਾਲ ਖੁਦ ਮੌਜੂਦ ਨੇ ਲਾਈਵ, ਕਿਉਂਕਿ ਅੱਜ ਦਾ ਦਿਨ ਜਿਹੜਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖੁਦ ਇਹ ਕਿਹਾ ਸੀਗਾ ਕਿ ਸਿੱਧੂ ਨੂੰ ਚਾਹਣ ਵਾਲੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਰਸੀ ਹੈ ਉਹ ਆਪਣੇ ਘਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਹੀ ਰਹਿ ਕੇ ਮਨਾਉਣ ਤਾਂ ਬਿਹਤਰ ਰਹੇਗਾ। ਬਲਕਾਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ, ਸਭ ਤੋਂ ਪਹਿਲਾਂ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਸਿੱਧੂ ਮੂਸੇਵਾਲਾ ਨੂੰ, ਕਿਉਂਕਿ ਜੋ ਦੁੱਖ ਤਕਲੀਫ ਤੋਂ ਤੁਸੀਂ ਗੁਜ਼ਰੇ ਹੋ ਜਾਂ ਗੁਜ਼ਰ ਰਹੇ ਹੋ ਉਹ ਅਸੀਂ ਮਹਿਸੂਸ ਜ਼ਰੂਰ ਕਰ ਸਕਦੇ ਹਾਂ। ਪਰ ਠੀਕ ਅੱਜ ਤੋਂ 2 ਸਾਲ ਪਹਿਲਾਂ ਇਸ ਟਾਈਮ ਤੱਕ ਇਹ ਪਤਾ ਲੱਗ ਗਿਆ ਸੀਗਾ ਕਿ ਸਿੱਧੂ ਮੂਸੇਵਾਲਾ ਨਹੀਂ ਰਿਹਾ। ਵੈਸੇ ਤਾਂ ਹਰ ਦਿਨ ਤੁਹਾਡੇ ਵਾਸਤੇ ਬਹੁਤ ਹੀ ਦੁੱਖ ਭਰਿਆ ਰਹੇਗਾ, ਪਰ ਅੱਜ ਦਾ ਦਿਨ ਖਾਸ ਤੌਰ 'ਤੇ ਉਹ ਤਰੀਕ ਜਦੋਂ ਇਹ ਪਤਾ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਹੈ ਜਿਹੜੀ ਉਹ ਅੱਜ ਹੋਈ ਸੀ, ਕਿਵੇਂ ਮਹਿਸੂਸ ਕਰਦੇ ਹੋ? ਹਾਲਾਂਕਿ ਘਰ ਦੇ ਵਿੱਚ ਥੋੜ੍ਹੀਆਂ ਖੁਸ਼ੀਆਂ ਵੀ ਆਈਆਂ, ਪਰ ਉਹ ਗਮ ਬਹੁਤ ਵੱਡਾ ਸੀਗਾ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਪੁੱਤ ਨੂੰ ਪਿਆਰ ਕਰਨ ਵਾਲੀ ਆਵਾਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ, ਅੱਜ ਦਾ ਦਿਨ ਮੈਂ ਕਹਿ ਸਕਦਾ ਵੀ ਸਾਡੀ ਜ਼ਿੰਦਗੀ ਦਾ ਬਲੈਕ ਡੇ ਕਹਿ ਲਓ ਇਹਨੂੰ, ਕਿਉਂਕਿ ਇਸਨੇ ਸਾਡੀ ਪਰਿਵਾਰ ਦੀ ਜਿਹੜੀ ਲਾਈਫ ਸੀ ਪੂਰੀ ਉਹਦੇ ਅਰਥ ਹੀ ਬਦਲਤੇ ਸੀ ਸਾਰੇ। ਬਿਲਕੁਲ ਠੀਕ ਜੀ ਜੀ। ਔਰ ਤਕਰੀਬਨ 5-1 ਦੇ ਆਸੇ ਪਾਸੇ ਬੇਟਾ ਘਰੋਂ ਗਿਆ, ਔਰ ਸਾਰਾ ਦਿਨ ਅਸੀਂ ਸਵੇਰ ਤੋਂ ਇਕੱਠੇ ਸੀ ਅਤੇ ਬਸ ਥੋੜ੍ਹੇ ਜਿਹਾ ਕਹਿ ਕੇ ਮੈਂ ਪਾਪਾ ਥੋੜ੍ਹਾ ਜਿਹਾ ਕੰਮ ਹੈ, ਉਹ ਸ਼ਾਮ ਨੂੰ ਫਾਸਟ ਫੂਡ ਵਗੈਰਾ ਖਾਣ ਲਈ ਕਈ ਵਾਰੀ ਚਲੇ ਜਾਂਦੇ ਹੁੰਦੇ ਸੀਗੇ ਸ਼ਹਿਰ ਜੀ ਜੀ ਦੁਪਹਿਰੋਂ ਬਾਅਦ, ਅਤੇ ਇੱਕ 5 ਮਿੰਟ ਦਾ ਕਹਿ ਕੇ ਚਲੇ ਗਏ ਨੇ। ਤਾਂ ਹਲੇ ਮੈਂ ਗੇਟ ਦੇ ਅੱਗੇ ਹੀ ਖਲੋਤਾਂ ਅਤੇ ਮਗਰੇ ਫੋਨ ਆ ਜਾਂਦਾ ਵੀ ਉੱਥੇ ਫਾਇਰਿੰਗ ਹੋ ਗਈ ਹੈ। ਓਹੋ, ਅਤੇ ਸਾਡਾ ਥੋੜ੍ਹਾ ਗੈਪ ਹੀ ਸੀ, ਮੈਂ ਜਾ ਕੇ ਜਦੋਂ ਦੇਖਦਾ ਤਾਂ ਉੱਥੇ ਬਹੁਤ ਸਹਿਮ ਵਾਲਾ ਮਾਹੌਲ ਸੀ ਜੀ ਜੀ ਜੀ। ਬਿਲਕੁਲ ਬਲਕੌਰ ਸਿੰਘ ਜੀ, ਕੋਈ ਅੰਦਾਜ਼ਾ ਸੀ ਤੁਹਾਨੂੰ, ਕਿਉਂਕਿ ਕੁਛ ਗੱਲਾਂ ਇਹ ਵੀ ਆ ਰਹੀਆਂ ਸੀਗੀਆਂ ਕਿ ਥਰੈਟ ਕਾਲ ਸੀ, ਇਹ ਪਤਾ ਸੀਗਾ ਕਿ ਜਾਨ ਖਤਰੇ ਦੇ ਵਿੱਚ ਹੈਗੀ ਹੈ, ਉਸਦੇ ਬਾਵਜੂਦ ਵੀ ਬਿਨਾਂ ਸਿਕਿਉਰਿਟੀ ਤੋਂ ਜਾਂ ਘੱਟ ਸਿਕਿਉਰਿਟੀ ਤੋਂ ਬਾਹਰ ਜਾਣਾ, ਥੋੜ੍ਹਾ ਜਿਹਾ ਅੰਦਾਜ਼ਾ ਸੀ ਕਿ ਐਡਾ ਭਾਣਾ ਵਾਪਰ ਸਕਦਾ? ਬੇਟਾ ਕਈ ਵਾਰ ਇਹਨਾਂ ਇਸ ਤਰ੍ਹਾਂ ਹੁੰਦਾ ਵੀ ਇਹ ਜਿਹੜਾ ਮਾਹੌਲ ਸੀਗਾ ਇਹ ਪਿਛਲੇ 4-5 ਸਾਲ ਤੋਂ ਚੱਲ ਰਿਹਾ ਸੀ। ਤੁਹਾਡੇ ਮਗਰ ਗੱਡੀ ਲੱਗੀ ਹੈ, ਤੁਹਾਨੂੰ ਉਹਦੀ ਥਰੈਟ ਹੈ, ਤੁਹਾਨੂੰ ਉਹਦੀ ਥਰੈਟ ਹੈ। ਕਈ ਵਾਰੀ ਹੁੰਦਾ ਕੀ ਹੈ ਨਾ, ਜਦੋਂ ਰੈਗੂਲਰ ਤੁਹਾਨੂੰ 3-4 ਸਾਲ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਰਹਿੰਦਾ ਹੈ ਨਾ, ਫਿਰ ਤੁਸੀਂ ਹੈਬਿਚੁਅਲ ਜਿਹੇ ਹੋ ਜਾਂਦੇ ਹੋ ਵੀ ਯਾਰ ਧਮਕੀਆਂ ਤਾਂ ਆ ਰਹੀਆਂ, ਕੁਛ ਕਦੇ ਕੋਈ ਆਇਆ ਤਾਂ ਹੈ ਨਹੀਂ। ਬਿਲਕੁਲ ਸਹੀ ਗੱਲ। ਤਾਂ ਕੁਛ ਇੱਦਾਂ ਦਾ ਮਾਹੌਲ ਬਣਿਆ, ਕੁਛ ਮੈਚਿਓਰਿਟੀ ਆ ਜਾਂਦੀ ਹੈ ਉਹਦੇ 'ਚ ਵੀ, ਉਹਨੂੰ ਇਹ ਲੱਗਣ ਲੱਗਿਆ ਵੀ ਯਾਰ ਇਹ ਕੰਟਰੋਵਰਸੀਆਂ ਜੇ ਆ ਵੋ ਆ, ਹੈ ਨਾ, ਇਹਨਾਂ ਤੋਂ ਦੂਰ ਰਿਹਾ ਜਾਵੇ ਚੰਗਾ। ਉਹ ਕੁਛ ਆਪਣੇ ਆਪ ਨੂੰ ਹੁਣ ਮੈਚਿਓਰਿਟੀ ਵੱਲ ਪ੍ਰਵੇਸ਼ ਕਰਨ ਲੱਗਾ ਸੀਗਾ, ਉਹਨੂੰ ਉਹਨੂੰ ਲੱਗਦਾ ਸੀ ਵੀ ਯਾਰ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਹੈ, ਆਪਾਂ ਆਪਣੇ ਕੰਮ 'ਤੇ ਫੋਕਸ ਕਰਨਾ। ਯਾਨੀ ਉਹ ਸਾਰੇ ਝਗੜੇ ਝੜੇ ਸਮੇਟਣ ਦੇ ਉੱਤੇ ਲੱਗਿਆ ਹੋਇਆ ਸੀ। ਬਿਲਕੁਲ ਠੀਕ। ਮੈਂ ਕਿਸੇ ਨਾਲ ਲੜਨਾ ਨਹੀਂ ਹੈ, ਮੈਂ ਕੋਈ ਅੱਛੇ ਕੰਮ ਕਰਨੇ ਆ, ਮੈਨੂੰ ਪਰਮਾਤਮਾ ਨੇ ਇੰਨੀ ਤਾਕਤ ਦਿੱਤੀ ਹੈ ਅਤੇ ਮੈਂ ਕੋਈ ਨਾ ਕੋਈ ਮਿਸਾਲੀ ਕੰਮ ਕਰਾਂ ਆਪਣੇ ਇਲਾਕੇ ਲਈ, ਆਪਣੇ ਬੈਕਵਰਡ ਏਰੀਏ ਦੇ ਲਈ। ਜੀ ਜੀ। ਕੋਈ ਐਜੂਕੇਸ਼ਨ ਹੱਬ ਬਣਾਵਾਂ ਇਹਨੂੰ, ਜਾਂ ਮੈਂ ਕੋਈ ਮੈਡੀਕਲ ਸਾਈਡ ਤੋਂ ਹੋਸਪਿਟਲ ਦਾ ਕੋਈ ਕਰਾਂ। ਜੀ ਜੀ। ਤਾਂ ਉਹ ਕੁਛ ਉੱਚਾ ਸੋਚਣ ਲੱਗ ਗਿਆ ਸੀਗਾ, ਉਹਨੂੰ ਨਹੀਂ ਪਤਾ ਸੀ ਕਿ ਕੁਛ ਮਾੜਾ ਸੋਚਣ ਵਾਲੇ, ਕੁਛ ਉਹਦੇ ਕੈਰੀਅਰ ਨੂੰ ਲੈ ਕੇ ਜਾਂ ਉਹਦੀ ਰਾਜਨੀਤਿਕ ਪਹਿਲ ਨੂੰ ਲੈ ਕੇ ਵੀ ਉਹਦਾ ਕੋਈ ਪਿੱਛਾ ਕਰ ਰਹੇ ਨੇ, ਸ਼ਾਇਦ ਉਹ ਇਹਨਾਂ ਗੱਲਾਂ ਤੋਂ ਬੇਖਬਰ ਸੀ। ਬਿਲਕੁਲ ਠੀਕ ਗੱਲ। ਤਾਂ ਇਸ ਹੁਣ ਉਹ ਜ਼ਿਆਦਾਤਰ ਇਕੱਲਾ ਹੀ ਰਹਿੰਦਾ ਸੀ, ਕਦੇ ਵੀ ਕੋਈ ਆਪਣੇ ਨਾਲ ਬਹੁਤੇ ਗਨਮੈਨ ਜਾਂ ਆਪਣੇ ਨਾ ਵੈਪਨ ਵੀ ਕਈ ਵਾਰੀ ਉਹ ਉਹਨਾਂ ਜਿੰਨੀ ਪਹਿਲਾਂ ਕੇਅਰ ਕਰਦਾ ਸੀ ਓਨੀ ਨਹੀਂ ਕਰਦਾ ਸੀ। ਬਿਲਕੁਲ ਠੀਕ ਗੱਲ ਕਿ ਲਗਾਤਾਰ ਧਮਕੀਆਂ, ਲਗਾਤਾਰ ਥ੍ਰੈਟ ਆਉਂਦੇ ਰਹੇ, ਜਦੋਂ ਮੈਂ ਉਹਨਾਂ ਚੀਜ਼ਾਂ ਨਾਲ ਬੰਦਾ ਫੇਸ ਹੁੰਦਾ ਰਹਿੰਦਾ ਫਿਰ ਅਵੇਸਲਾ ਥੋੜਾ ਜਿਹਾ ਹੋ ਜਾਂਦਾ। ਬਲਕੌਰ ਸਿੰਘ ਜੀ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਵਕਤ ਜਿਹੜਾ ਹਰ ਜ਼ਖਮ ਭਰ ਦਿੰਦਾ, ਪਰ ਕੀ ਜਿੱਦਾਂ ਤੁਸੀਂ ਜੱਦੋਜਹਿਦ, ਤੁਹਾਡਾ ਪਰਿਵਾਰ ਲਗਾਤਾਰ ਜੱਦੋਜਹਿਦ ਕਰ ਰਿਹਾ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ, ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ, ਕਦੇ ਮਨ ਦੇ ਵਿੱਚ ਇਹ ਆਇਆ ਗੱਲ ਕਿ ਵੀ ਜੋ ਹੋਣਾ ਸੀ ਉਹ ਹੋ ਗਿਆ, ਜਿਹੜਾ ਭਾਣਾ ਸੀ ਉਹ ਵਾਪਰ ਗਿਆ, ਵੀ ਹੁਣ ਦੁਬਾਰਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ, ਕਦੇ ਮਨ ਦੇ ਵਿੱਚ ਆਇਆ ਇੱਦਾਂ? ਦੇਖੋ ਜੀ, ਉਹ ਤਾਂ ਦੁਨੀਆਦਾਰੀ ਦਾ ਨਿਯਮ ਹੈ। ਦੇਖੋ
ਮੌਤਾਂ ਦੇ ਨਾਲ ਜ਼ਿੰਦਗੀ ਰੁਕਦੀ ਤਾਂ ਨਹੀਂ ਹੈ, ਚੱਲਦੀ ਤਾਂ ਹੈ ਅੱਗੇ, ਪਰ ਜਿਉਣਾ ਬਹੁਤ ਔਖਾ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਜਦੋਂ ਹੰਢਾਉਣੀਆਂ ਪੈਂਦੀਆਂ ਨੇ ਉਦੋਂ ਇਹਦੀ ਕੀਮਤ ਦਾ ਪਤਾ ਲੱਗਦਾ। ਬਿਲਕੁਲ ਠੀਕ ਠੀਕ ਹੈ, ਮਰਿਆਂ ਦੇ ਮਗਰ ਮਰਿਆ ਨਹੀਂ ਜਾਂਦਾ, ਜਿਉਣਾ ਹੀ ਇੱਕ ਆਧਾਰ ਹੈ ਸਾਡੇ ਗੁਰੂਆਂ ਪੀਰਾਂ ਨੇ ਜੀ, ਸਾਡੇ ਪੁਰਖਿਆਂ ਨੇ ਇਹੀ ਗੱਲ ਕਹੀ ਹੈ ਵੀ ਜ਼ਿੰਦਗੀ ਤੋਂ ਹੱਥ ਖੜੇ ਨਹੀਂ ਕਰਨੇ ਚਾਹੀਦੇ, ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ। ਔਰ ਪਰਮਾਤਮਾ ਜੇ ਕੋਈ ਰਸਤਾ ਬੰਦ ਕਰਦਾ ਤਾਂ ਸ਼ਾਇਦ ਕਦੇ ਕੋਈ ਖੋਲ੍ਹਦਾ ਵੀ ਹੈ ਜੀ ਜੀ, ਸਦਾ ਇੱਕੋ ਜਿਹੇ ਹਾਲਾਤ ਨਹੀਂ ਰਹਿੰਦੇ। ਜੇ ਸਮਾਂ ਮਾੜਾ ਆ ਗਿਆ ਤਾਂ ਜੇ ਚੰਗਾ ਨਹੀਂ ਰਿਹਾ ਤਾਂ ਕਦੇ ਹੌਲੀ ਹੌਲੀ ਮਾੜਾ ਵੀ ਚਲਾ ਜਾਊਗਾ। ਇਸੇ ਮਿੱਥ ਦੇ ਅਧੀਨ ਜ਼ਿੰਦਗੀ ਨੂੰ ਦੁਬਾਰਾ ਰੀਸਟਾਰਟ ਕਰ ਰਹੇ ਹਾਂ। ਦਿੱਕਤਾਂ ਆ ਰਹੀਆਂ ਨੇ, ਪੁਰਾਣੀਆਂ ਯਾਦਾਂ, ਇੱਕ ਜਿਸ ਤਰ੍ਹਾਂ ਨਸ਼ੇੜੀ ਦਾ ਸਰੀਰ ਟੁੱਟਦਾ, ਬਿਲਕੁਲ ਠੀਕ, ਜੋ ਪੁੱਤਨਾ ਸਾਂਝ ਹੈ ਉਸੇ ਤਰ੍ਹਾਂ ਹੀ ਦੀ ਫੀਲਿੰਗ ਆਉਂਦੀ ਹੈ, ਸਰੀਰ ਟੁੱਟਦਾ, ਉਹਦੀ ਕਮੀ ਮਹਿਸੂਸ ਕਰਦੇ ਹਾਂ ਹਰ ਪਲ ਹਰ ਦਿਨ, ਉਹਨੂੰ ਯਾਦ ਕਰਦੇ ਹਾਂ, ਸੁਪਨਿਆਂ 'ਚ ਕਰਦੇ ਹਾਂ, ਆਮ ਜ਼ਿੰਦਗੀ 'ਚ ਕਰਦੇ ਹਾਂ ਜਦੋਂ ਉਹਦੀ ਕਿਤੇ ਲੋੜ ਪੈਂਦੀ ਹੈ, ਅਤੇ ਹਰ ਜਗ੍ਹਾ 'ਤੇ ਉਹਦੀਆਂ ਯਾਦਾਂ ਸਮਾਈਆਂ ਹੋਈਆਂ, ਹਰ ਜਗ੍ਹਾ 'ਤੇ ਉਹਦੀਆਂ ਤਸਵੀਰਾਂ ਪਈਆਂ, ਹਰ ਜਗ੍ਹਾ 'ਤੇ ਉਹਦੇ ਕੱਪੜੇ ਪਏ ਨੇ। ਜਿਹੜੀ ਖੂਨ ਦੀ ਸਾਂਝ ਹੈ, ਜੇ ਮੈਂ ਇਹਨੂੰ ਕਹਾਂ ਵੀ ਮੈਂ ਸਾਰਾ ਭੁੱਲ ਭੁਲਾ ਕੇ ਕੁਛ ਮੈਂ ਨਵੇਂ ਸ਼ੁਰੂ ਕਰ ਲੂੰ ਤਾਂ ਕਹਿਣਾ ਔਖਾ ਹੈ। ਹਾਂ, ਜ਼ਿੰਦਗੀ ਜਿਉਣੀ ਇੱਕ, ਬਿਲਕੁਲ ਠੀਕ, ਇੱਕ ਗੱਲ ਹੈਗੀ ਹੈ ਕਿ ਤੁਸੀਂ ਇਨਸਾਫ਼ ਦੀ ਲੜਾਈ ਧੜਨ ਦੇ ਨਾਲ ਲੜ ਰਹੇ ਹੋ, ਤੁਹਾਨੂੰ ਵੀ ਪਤਾ ਹੈ ਕਿ ਦੂਜੀ ਧਿਰ ਬੜੀ ਤਕੜੀ ਹੈ, ਭਾਵੇਂ ਉਹ ਲੋਕ ਹੋਣ ਜਿਨ੍ਹਾਂ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਜਾਂ ਉਹ ਲੋਕ ਹੋਣ ਜਿਨ੍ਹਾਂ ਦੀ ਕੁਤਾਹੀ ਕਰਕੇ ਇਹ ਸਭ ਕੁਝ ਹੋਇਆ, ਫਿਰ ਵੀ ਤੁਸੀਂ ਇਨਸਾਫ਼ ਦੀ ਜੰਗ ਲੜ ਰਹੇ ਹੋ, ਇਹ ਜੰਗ ਜਾਰੀ ਰੱਖੋਗੇ ਜਾਂ ਜਿਵੇਂ ਮੈਂ ਕਿਹਾ ਕਿ ਵਕਤ ਦੇ ਨਾਲ ਨਾਲ ਬੰਦਾ ਥੋੜ੍ਹਾ ਜਿਹਾ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ? ਬਿਲਕੁਲ ਜੀ, ਮੈਂ ਤੁਹਾਨੂੰ ਇਹ ਜਿਹੜੀ ਜਿੱਥੋਂ ਤੱਕ ਵੀ ਦੋਸ਼ੀ ਤਕੜੇ ਨੇ, ਤਕੜਾ ਹਮੇਸ਼ਾ ਸੱਚ ਹੀ ਹੁੰਦਾ ਬੇਟਾ, ਸੱਚ ਨੇ ਨੂੰ ਟਾਈਮ ਲੱਗਦਾ ਔਰ ਸੱਚ ਹਮੇਸ਼ਾ ਦੁਨੀਆ ਦੇ ਸਾਹਮਣੇ ਆਉਂਦਾ ਔਰ ਸੱਚ ਹੀ ਸਦੀਵੀ ਹੈ, ਸੱਚ ਹੀ ਹਮੇਸ਼ਾ ਰਹਿੰਦਾ। ਠੀਕ ਹੈ, ਵਕਤੀ ਤੌਰ 'ਤੇ ਉਹ ਆਪਣੇ ਸਾਧਨਾ ਨੂੰ ਧਨ ਬਲ ਨਾਲ ਮਸਲ ਪਾਵਰ ਦੇ ਨਾਲ ਕੁਛ ਦਬਾਉਣ ਦੀ ਕੋਸ਼ਿਸ਼ ਕਰਦੇ ਹੈ, ਪਰੰਤੂ ਮੇਰਾ ਪੁੱਤ ਆਪਣੇ ਗਾਇਕੀ ਦੇ ਵਿੱਚ ਵੀ ਇਹ ਗੱਲ ਅਕਸਰ ਕਹਿੰਦਾ ਹੁੰਦਾ ਵੀ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ, ਸਾਡੇ ਰਾਂਝੇ ਮਿਰਜੇ ਜੰਮਦੇ ਨਹੀਂ। ਸ਼ਾਇਦ ਉਹਨੂੰ ਆਪਣੇ ਲਾਣੇ ਦੇ ਉੱਤੇ ਬਹੁਤ ਜ਼ਿਆਦਾ ਮਾਣ ਸੀ, ਤਾਂ ਅਸੀਂ ਵੀ ਉਸੇ ਜਦ ਦੇ ਵਿੱਚੋਂ ਆਉਂਦੇ ਹਾਂ, ਤਾਂ ਅਸੀਂ ਕਦੇ ਵੀ ਹਾਰ ਨਹੀਂ ਮੰਨਾਂਗੇ, ਹਰ ਹਾਲ 'ਚ ਲੜਾਂਗੇ ਔਰ ਇਹ ਮੈਨੂੰ ਵਿਸ਼ਵਾਸ ਹੈ ਦੋਸ਼ੀਆਂ ਨੂੰ ਇੱਕ ਦੋ ਸਲਾਖਾਂ ਦੇ ਪਿੱਛੇ ਜ਼ਰੂਰ ਲੈ ਕੇ ਜਾਵਾਂਗੇ। ਬਲਕੌਰ ਸਿੰਘ ਜੀ, ਇੱਕ ਗੱਲ ਬੜੀ ਖਾਸ ਹੈ ਕਿ ਸਿੱਧੂ ਮੂਸੇਵਾਲੇ ਦੇ ਦੇਹਾਂਤ ਤੋਂ ਬਾਅਦ ਜਿੰਨਾ ਤੁਹਾਨੂੰ ਸਮਰਥਨ ਜਾਂ ਜਿੰਨਾ ਮੂਸੇਵਾਲੇ ਨੂੰ ਸਮਰਥਨ ਮਿਲਿਆ ਉਸ ਤੋਂ, ਇਹ ਬਹੁਤ ਘੱਟ ਹੁੰਦਾ ਕਿ ਕੋਈ ਸਿੰਗਰ ਇਸ ਦੁਨੀਆ ਤੋਂ ਅਲਵਿਦਾ ਕਹਿ ਦੇਵੇ ਅਤੇ ਉਸ ਤੋਂ ਬਾਅਦ ਵੀ ਉਹਦੇ ਗਾਣੇ ਬਿਲਬੋਰਡ 'ਤੇ ਵੀ ਜਾ ਕੇ ਚਮਕਦੇ ਹੋਣ, ਪੂਰੀ ਦੁਨੀਆ ਇੰਤਜ਼ਾਰ ਕਰਦੀ ਹੋਵੇ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਜਿਹੜਾ ਉਹ ਰਿਲੀਜ਼ ਹੋਵੇਗਾ, ਇਹ ਜਿੰਨਾ ਕੁ ਤੁਸੀਂ ਸੋਚਿਆ, ਇਹ ਕਦੇ ਸੋਚਿਆ ਸੀਗਾ ਵੀ ਜਦੋਂ ਇਹ ਇੰਨਾ ਵੱਡਾ ਭਾਣਾ ਵਾਪਰ ਗਿਆ ਕਿ ਇਹ ਇੱਦਾਂ ਪ੍ਰਸਿੱਧੀ ਇੱਦਾਂ ਹੀ ਚੱਲਦੀ ਰਹੇਗੀ? ਦੇਖੋ ਜੀ, ਸਾਨੂੰ ਤਾਂ ਕੋਈ ਭਾਣੇ ਬਾਰੇ ਵੀ ਕਿਆਸ ਨਹੀਂ ਸੀ, ਤਾਂ ਭਾਣੇ ਤੋਂ ਬਾਅਦ ਦੀਆਂ ਗੱਲਾਂ ਬਾਰੇ ਕਿਆਸ ਤਾਂ ਹੋਣਾ ਕੀ ਹੈ ਹਨਾ, ਪਰ ਕੁਦਰਤ ਦਾ ਨਿਯਮ ਹੈ, ਅਸੀਂ ਕਦੇ ਵੀ ਫਿਊਚਰ ਦੀ ਪਲਾਨਿੰਗ ਨਹੀਂ ਕੀਤੀ ਸੀ, ਅਸੀਂ ਤਾਂ ਜੋ ਸਵੇਰੇ ਉੱਠ ਕੇ ਕੀ ਕੰਮ ਕਰਨਾ ਵਾ ਸਾਨੂੰ ਕੁਛ ਨਹੀਂ ਪਤਾ ਹੁੰਦਾ ਕਿ ਕਿਹੜੇ ਖੇਤ ਜਾਣੇ ਕੀ ਕਰਨਾ, ਅਸੀਂ ਤਾਂ ਰੱਬ ਦੇ ਬੰਦੇ ਹਾਂ, ਅਸੀਂ ਬਹੁਤੇ ਚਲਾਕ ਕਿਸਮ ਦਾ ਪਰਿਵਾਰ ਸਾਡਾ ਨਹੀਂ ਸੀ, ਅਸੀਂ ਕਿਰਤ ਕਰਨ ਵਾਲੇ ਲੋਕ ਸੀ, ਸਧਾਰਨ ਮੱਧ ਵਰਗੀ
ਜੋ ਸਾਡਾ ਮੱਧ ਵਰਗ ਦਾ ਜਿੱਦਾਂ ਦਾ ਹਾਲ ਹੁੰਦਾ ਉਸ ਤਰ੍ਹਾਂ ਦੇ ਜੀਰੋ ਤੋਂ ਗਰਾਊਂਡ ਜੀਰੋ ਦੇ ਉੱਤੋਂ ਅਸੀਂ ਆਪਣਾ ਕੈਰੀਅਰ ਸਟਾਰਟ ਕੀਤਾ ਸੀ ਸਾਰਾ। ਚਲੋ ਅਸੀਂ ਕਾਮਯਾਬ ਹੋਏ, ਵੱਡੇ ਲੈਵਲ 'ਤੇ ਗਏ, ਇਹ ਵਾਹਿਗੁਰੂ ਦੀ ਮਿਹਰ ਹੈ। ਪਰੰਤੂ ਸਾਨੂੰ ਇਸ ਤਰ੍ਹਾਂ ਦੀ ਹਾਈ ਫਾਈ ਲਾਈਫ ਜਿਉਣ ਦੀ ਆਦਤ ਨਹੀਂ ਸੀ। ਅਸੀਂ ਆਮ ਲੋਕਾਂ ਦੇ ਵਿੱਚ ਸਧਾਰਨ ਜੀਵਨ ਜਿਉਣ ਦੇ ਵਿੱਚ ਸਾਡਾ ਜ਼ਿਆਦਾ ਵਿਸ਼ਵਾਸ ਰਹਿੰਦਾ ਸੀ। ਔਰ ਬੇਟਾ ਵੀ ਇਸ ਤਰ੍ਹਾਂ ਨਾ ਸੈਲੀਬ੍ਰਿਟੀ ਹੋ ਕੇ ਇੱਕ ਆਮ ਸਧਾਰਨ ਵਿਅਕਤੀ ਦੀ ਜ਼ਿੰਦਗੀ ਜਿਉਂਦਾ ਸੀ, ਉਹਨੂੰ ਖੁਸ਼ੀ ਮਿਲਦੀ ਸੀਗੀ ਆਪਣੇ ਲੋਕਾਂ ਦੇ ਉੱਤੇ। ਬਿਲਕੁਲ। ਅੱਛਾ ਬਲਕੌਰ ਸਿੰਘ ਜੀ, ਇੱਕ ਬੜਾ ਅਹਿਮ ਸਵਾਲ ਹੈ ਜਿਹੜਾ ਲਗਾਤਾਰ ਤੁਸੀਂ ਵੀ ਚੁੱਕਦੇ ਰਹੇ ਹੋ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਜਿੰਨੇ ਉਹ ਗੈਂਗਸਟਰ, ਜਿੰਨੇ ਉਹ ਕਾਤਲ ਜ਼ਿੰਮੇਵਾਰ ਨੇ, ਕਿਤੇ ਨਾ ਕਿਤੇ ਇੱਕ ਸਰਕਾਰੀ ਅਣਗਹਿਲੀ ਵੀ ਉਸ ਦੇ ਲਈ ਜ਼ਿੰਮੇਵਾਰ ਹੈ। ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਈ ਜਾਂਦੀ ਹੈ, ਘਟਾ ਕੇ ਜਨਤਕ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਹੁਣ ਤਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਮੰਨ ਲਿਆ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਈ ਗਈ ਤਾਂ ਉਸਦਾ ਕਤਲ ਹੋ ਗਿਆ। ਤੁਸੀਂ ਵੀ ਇਹਨੂੰ ਇੱਕ ਵੱਡਾ ਰੀਜ਼ਨ ਮੰਨਦੇ ਹੋ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ? ਬਿਲਕੁਲ ਜੀ, ਇਹ ਇਕੱਲਾ ਰੀਜ਼ਨ ਨਹੀਂ ਕਹਿ ਸਕਦੇ, ਇਹ ਬਿਲਕੁਲ ਮਿਲੀ ਭੁਗਤ ਦੇ ਨਾਲ ਕਤਲ ਕਰਵਾਇਆ ਗਿਆ। ਕੱਲ ਨੂੰ ਅਗਰ ਨਿਰਪੱਖ ਜਾਂਚ ਕੋਈ ਹੁੰਦੀ ਹੈ ਤਾਂ ਉਸਦੇ ਵਿੱਚ ਸਾਰਾ ਕੁਛ ਨਿਕਲ ਕੇ ਆ ਜਾਣਾ। ਸਰਕਾਰ ਨੇ ਤਾਂ ਸਰੈਂਡਰ ਕਰ ਹੀ ਦਿੱਤਾ ਇੱਕ ਕਿਸਮ ਦਾ, ਉਹਨਾਂ ਨੇ ਸਲਪਨਾਮਾ ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਵੀ ਅਸੀਂ ਵੀ ਸਕਿਉਰਿਟੀ ਵਿਦਡ੍ਰਾਅ ਕੀਤੀ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ, ਤੇ ਇਹ ਤਾਂ ਮੰਨੇ ਗਏ ਨੇ। ਇਹ ਗੱਲ ਵੱਖਰੀ ਹੈ ਵੀ ਫਿਰ ਵੀ ਮੰਨਣ ਦੇ ਬਾਵਜੂਦ ਵੀ ਇਹ ਕਿਸੇ ਅਧਿਕਾਰੀ ਦੇ, ਕਿਸੇ ਮੀਡੀਆ ਐਡਵਾਈਜ਼ਰ ਦੇ ਕਿਸੇ ਖਿਲਾਫ਼ ਕਾਰਵਾਈ ਜਾਂ ਜਵਾਬ ਤਲਬੀ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ। ਇਹ ਸਰਕਾਰ ਕੇਸ ਨੂੰ ਨਪਣ ਤੇ ਲੱਗੀ ਹੋਈ ਹੈ, ਪਰੰਤੂ ਇਹਨਾਂ ਦੀ ਗਲਤ ਫਹਿਮੀ ਹੈ। ਅਸੀਂ ਇਸ ਕੇਸ ਨੂੰ ਦਬਣ ਨਹੀਂ ਦੇਵਾਂਗੇ। ਆਉਣ ਵਾਲੇ 25-30 ਸਾਲ ਵੀ ਇਸ ਕੇਸ ਦੀ ਗੂੰਜ ਪੈਂਦੀ ਰਹਿਣੀ ਹੈ, ਤੇ ਇਹ ਕਲੰਕ ਤੋਂ ਇਹ ਕਦੇ ਸਰਕਾਰਾਂ ਦੋਨੋਂ ਸੈਂਟਰ ਔਰ ਬੀਜੇਪੀ ਦੀ ਨਾਲ ਮੈਂ ਉਹਨੂੰ ਇਨਕਲੂਡ ਕਰਦਾ, ਕਿਉਂਕਿ ਦੋਨਾਂ ਨੇ ਮਿਲ ਕੇ ਇਹ ਕੰਮ ਕੀਤਾ। ਬਲਕੌਰ ਸਿੰਘ ਜੀ, ਮਾਫ਼ ਕਰਨਾ, ਮੈਂ ਅੱਜ ਦੇ ਦਿਨ ਇੱਕ ਅਜਿਹਾ ਸਵਾਲ ਪੁੱਛ ਰਿਹਾ ਜਿਹੜਾ ਕੁਛ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਹੋ ਸਕਦਾ। ਵੈਸੇ ਜ਼ਿਆਦਾਤਰ ਸਿਆਸੀ ਧਿਰਾਂ ਦੇ ਜ਼ਿਹਨ ਦੇ ਵਿੱਚ ਇਹ ਹੈ ਕਿ ਤੁਸੀਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਾਂ ਮੌਤ ਦਾ ਸਿਆਸੀਕਰਨ ਕਰ ਰਹੇ ਹੋ, ਤੁਸੀਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਦੇਖੋ ਜੀ, ਮੈਂ ਸਿਆਸੀਕਰਨ ਬਿਲਕੁਲ ਵੀ ਕਦੇ ਨਾ ਕਰਦਾ ਜੀ। ਤੁਸੀਂ ਹੁਣ ਤੱਕ ਜਿੰਨੇ ਨਾਮ ਮੈਂ ਤੁਹਾਨੂੰ ਲੈ ਕੇ ਦਿੱਤੇ ਨੇ, ਹੁਣ ਤੱਕ ਉਹਨਾਂ ਦੀ ਸਪਸ਼ਟ ਜਾਂਚ ਕਰਵਾ ਦਿੱਤੇ ਜੀ। ਤੁਸੀਂ ਮੇਰੇ ਟਿਕਟ ਨੂੰ ਦਿੱਤੇ ਹੋਏ ਸ਼ੱਕ ਮੇਰੇ ਸਾਹਮਣੇ ਕਲੀਅਰ ਕਰਵਾ ਦਿੰਦੇ, ਮੈਂ ਟਿਕ ਕੇ ਆਪਣੇ ਘਰੇ ਬੈਠ ਜਾਣਾ ਸੀ। ਮੇਰਾ ਕੋਈ ਆਮ ਪਾਰਟੀ ਨਾਲ ਵਟਕਾ ਰੌਲਾ ਨਹੀਂ ਹੈ। ਪਰ ਤੁਸੀਂ ਇਹ ਤਾਂ ਦੱਸੋ, ਤੁਸੀਂ ਕੀਤਾ ਕੀ ਹੈ? ਤੁਸੀਂ ਕੇਬਲ ਤੇ ਕੇਬਲ ਸ਼ੂਟਰਾਂ ਨੂੰ ਅੰਦਰ ਕਰਕੇ ਇਹ ਗੱਲ ਕਹਿੰਦੇ ਹੋ, ਜਿਹੜੇ ਪਹਾੜੇ ਦੇ ਟੱਟੂ ਨੇ ਉਹਨਾਂ ਨੇ ਪੈਸੇ ਲਏ, ਗੋਲੀਆਂ ਮਾਰਤੀਆਂ। ਇੱਕ ਗੱਲ ਬੜੀ ਖਾਸ ਹੈ ਬਲਕੌਰ ਸਿੰਘ ਜੀ, ਬੜੀ ਚਰਚਾ ਇਹ ਵੀ ਰਹੀ ਕਿ ਬਲਕੌਰ ਸਿੰਘ ਜਿਹੜੇ ਨੇ ਉਹ ਇਲੈਕਸ਼ਨ ਲੜ ਸਕਦੇ ਨੇ, ਬਠਿੰਡਾ ਤੋਂ ਇਲੈਕਸ਼ਨ ਲੜ ਸਕਦੇ ਨੇ, ਜਾਂ ਫਿਰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਜ਼ਿਮਨੀ ਚੋਣਾਂ ਦਾ ਵੀ ਜ਼ਿਕਰ ਹੋ ਰਿਹਾ ਕਿ ਜ਼ਿਮਨੀ ਚੋਣਾਂ ਵੀ ਹੋਣਗੀਆਂ, ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜੀ ਜਾਂ ਤੁਸੀਂ ਇਲੈਕਸ਼ਨ ਲੜਨ ਦੇ ਚਾਹਵਾਨ ਹੋ? ਇਲੈਕਸ਼ਨ ਮੇਰੇ ਘਰੇਲੂ ਹਾਲਾਤ, ਤੁਸੀਂ ਮੈਨੂੰ ਦੱਸਣਾ, ਜਦੋਂ ਇੱਕ ਨੌਜਵਾਨ ਪੁੱਤ ਦਾ ਬਾਪ ਜੀ ਉਹਨੂੰ ਖੋ ਕੇ ਹਟਿਆ ਹੋਵੇ, ਉਹ ਮੈਂਟਲੀ ਫਿਜ਼ੀਕਲੀ ਉਹ ਲੜਖੜਾ ਜਾਂਦਾ ਬੇਟਾ। ਇਹਦੇ ਲਈ ਲੜਨ ਦੇ ਲਈ ਤੁਹਾਡਾ ਮਨੋਬਲ ਕਾਫੀ ਉੱਚਾ ਚਾਹੀਦਾ ਹੈ, ਤੁਹਾਡੀ ਇਕਨੋਮੀ ਹਾਲਤ ਪੂਰੀ ਮਜ਼ਬੂਤ ਚਾਹੀਦੀ ਹੈ। 9 ਹਲਕਿਆਂ ਦੇ ਵਿੱਚ ਇਲੈਕਸ਼ਨ ਲੜਨੀ ਕੋਈ ਸੌਖੀ ਨਹੀਂ ਹੁੰਦੀ। ਨੰਬਰ 2 ਤੇ ਮੇਰਾ ਜਿਹੜਾ ਮੇਰਾ ਅਹੁਦੇ ਲੈਣਾ ਮੰਤਵ ਨਹੀਂ ਹੈ ਲਾਈਫ ਦਾ, ਮੈਂ ਪੁੱਤ ਦਾ ਜਸਟਿਸ ਚਾਹੁੰਦਾ ਪਹਿਲਾਂ, ਉਹਦੀ ਕੋਈ
ਜਦੋਂ ਮੈਥੋਂ ਆਪ ਤੋਂ ਨਾ ਲੜੀ ਗਈ ਤਾਂ ਮੈਂ ਚਾਰ ਭਰਾਵਾਂ ਦੀ ਮਦਦ ਕਰਤੀ ਤਾਂ ਜੋ ਉਹ ਸੰਸਦ ਦੇ ਵਿੱਚ ਜਾ ਕੇ ਮੇਰੀ ਗੱਲ ਨੂੰ ਰੱਖਣ ਢੰਗ ਦੇ ਨਾਲ, ਤਾਂ ਮੈਂ ਸਰਕਾਰ ਨੂੰ ਵੀ ਤੁਹਾਡੀ ਜਿਹੜੀ ਗੱਲ ਮੇਰਾ ਪਹਿਲਾਂ ਸਵਾਲ ਵਿਚਾਲੇ ਰਹਿ ਗਿਆ ਸੀ ਇਹ ਮੈਨੂੰ ਸਿਆਸੀ ਕਹਿੰਦੇ ਨੇ ਤਾਂ ਤੁਸੀਂ ਜਿੰਨੀ ਕਾਰਵਾਈ ਹੋਈ, ਪਹਿਲੀ ਗੱਲ ਸਕਿਉਰਿਟੀ ਬਣਵਾ ਲਈ ਉਹ ਤੇ ਕੋਈ ਕਾਰਵਾਈ ਨੀ, ਜੇ ਤੁਸੀਂ ਲਾਰੈਂਸ ਦੀ ਵੀਡੀਓ ਬਣਵਾਤੀ ਤੁਸੀਂ ਸਵਾ ਸਾਲ ਲਾਤਾ, ਸਾਨੂੰ ਇਹ ਨੀ ਦੱਸਿਆ ਵੀ ਇਹ ਵੀਡੀਓ ਬਣੀ ਕਿੱਥੇ ਆ, ਉਹ ਵੀਡੀਓ ਬਣਾਉਣ ਦਾ ਤੁਹਾਡਾ ਮਕਸਦ ਕੀ ਸੀ, ਤੁਸੀਂ ਸਾਡੇ ਗਵਾਹਾਂ ਤੇ ਮਾੜਾ ਪ੍ਰੈਸ਼ਰ ਪਾ ਰਹੇ ਹੋ, ਤਾਂ ਤੁਸੀਂ ਵੀ ਤਾਂ ਕਿਸੇ ਦਾ ਤਵਾ ਲਾ ਲਾ ਕੇ ਅਕਾਲੀਆਂ ਦਾ ਕਾਂਗਰਸੀਆਂ ਨੂੰ ਮਾੜੇ ਕਹਿ ਕਹਿ ਕੇ ਸੱਤਾ ਦੇ ਵਿੱਚ ਆ ਗਏ, ਤਾਂ ਜੇ ਤੁਸੀਂ ਇਹ ਚੀਜ਼ਾਂ ਕਰ ਸਕਦੇ ਤਾਂ ਅਸੀਂ ਕਿਹੜਾ ਅਸ਼ੂਤ ਆ ਕੋਈ ਵੀ ਅਸੀਂ ਇਲੈਕਸ਼ਨ ਨੀ ਲੜ ਸਕਦੇ, ਜੇ ਸਾਨੂੰ ਜ਼ਰੂਰਤ ਪਈ ਵੀ ਜਾਂ ਅਸੀਂ ਸਮਰੱਥ ਹਾਂ ਇਸ ਗੱਲ ਦੇ ਤਾਂ ਅਸੀਂ ਕਦੇ ਇਲੈਕਸ਼ਨ ਦਾ ਪੋਲੀਟਿਕਸ ਦੇ ਵਿੱਚ ਤਾਂ ਮੈਂ ਆਲਰੇਡੀ ਹਾਂ, ਪਿੰਡ ਦਾ ਸਰਪੰਚ ਇੱਕ ਪੋਲੀਟਿਸ਼ਨ ਸ਼ੁਰੂ ਹੀ ਸਰਪੰਚੀ ਤੋਂ ਹੁੰਦੀ ਹੈ, ਮੇਰੇ ਬੇਟੇ ਨੇ ਐਮ ਐਲ ਏ ਵੀ ਇਲੈਕਸ਼ਨ ਲੜੀ ਹੈ, ਤਾਂ ਉਹ ਤਾਂ ਅਸੀਂ ਹੈ ਹੀ ਆਲਰੇਡੀ ਉਸ ਦੌੜ ਦੇ ਵਿੱਚ, ਤਾਂ ਪਰੰਤੂ ਹਾਲਾਤ ਕਦੋਂ ਢੁੱਕਵੇਂ ਨੇ, ਕਦੋਂ ਅਸੀਂ ਆਪਣਾ ਪਰਿਵਾਰਕ ਤੌਰ ਤੇ ਇਸ ਗੱਲ ਲਈ ਹਰ ਪੱਖ ਤੋਂ ਤਿਆਰ ਹੁੰਦੇ, ਤਾਂ ਉਦੋਂ ਵੀ ਫੈਸਲਾ ਲੈ ਲਵਾਂਗੇ, ਕੋਈ ਵੱਡੀ ਗੱਲ ਨਹੀਂ ਹੈ, ਹਾਂ ਕੋਈ ਜ਼ਰੂਰੀ ਵੀ ਨਹੀਂ ਹੈ ਵੀ ਲੜਨੀ ਹੈ। ਬਿਲਕੁਲ ਠੀਕ, ਬਿਲਕੁਲ ਅਸੀਂ ਸਮਝ ਸਕਦੇ ਹਾਂ। ਬਲਕੌਰ ਸਿੰਘ ਜੀ, ਇੱਕ ਬੜਾ ਅਹਿਮ ਸਵਾਲ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ, ਮੰਤਰੀਆਂ ਤੋਂ ਜਾਂ ਸਰਕਾਰ ਤੋਂ ਪੁੱਛਿਆ ਜਾਂਦਾ, ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਪਿੱਛੇ ਉਹ ਕਹਿੰਦੇ ਕਿ ਜਿੰਨਾ ਕੁਝ ਅਸੀਂ ਕਰ ਸਕਦੇ ਅਸੀਂ ਕੀਤਾ, ਅਸੀਂ ਸ਼ੂਟਰ ਗ੍ਰਿਫਤਾਰ ਵੀ ਕੀਤੇ, ਇਨਕਾਊਂਟਰ ਵੀ ਹੋਇਆ, ਜੋ ਕੁਛ ਅਸੀਂ ਕਰ ਸਕਦੇ ਸੀ ਕੀਤਾ, ਜਲਦੀ ਜਲਦੀ ਚਾਰਜਸ਼ੀਟ ਵੀ ਫਾਈਲ ਕਰ ਦਿੱਤੀ, ਫਿਰ ਉਹ ਕਹਿੰਦੇ ਕਿ ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹੁਣ। ਬਿਲਕੁਲ ਜੀ, ਤੁਸੀਂ ਦੱਸੋ ਮੇਰੇ ਪੁੱਤ ਨੂੰ ਮਾਰਨ ਦੇ ਵਾਸਤੇ ਕਿੰਨੇ ਕਰੋੜ ਦੇ ਵੈਪਨ ਲੱਗ ਗਏ, ਦੱਸੋ ਕਿੱਥੋਂ ਪੈਸਾ ਆਇਆ, ਲਾਰੈਂਸ ਪਿਸ਼ਨੋਈ ਨੇ ਜੇਲ੍ਹ 'ਚ ਬੈਠੇ ਹੋਏ ਨੇ ਇੰਨਾ ਮੈਨੇਜਮੈਂਟ ਕਿਵੇਂ ਕਰਤਾ, ਜਿਹੜੇ ਸਫੈਦ ਪੋਸ਼ ਮੇਰੇ ਪੁੱਤ ਨੂੰ ਮਰਵਾਉਣ ਵਾਲੇ ਲੋਕ ਲੱਗੇ ਨੇ, ਲੋਕ ਕੌਣ ਨੇ, ਕਿਹਨੇ ਕਿਹਾ ਸੀ ਕਿਹਨੂੰ ਮਾਰ ਦਿੱਤਾ ਜਾਵੇ, ਤੁਸੀਂ ਕਿਸੇ ਗੱਲ ਨੂੰ ਤਾਂ ਕਲੀਅਰ ਕਰ ਦਿਓ, ਤੁਸੀਂ ਕਹਿੰਦੇ ਸੀ ਦੋਸ਼ੀਆਂ ਨੇ ਨਾਰਕੋ ਟੈਸਟ ਕਰਾਂਗੇ, ਅੱਜ ਤੱਕ ਕੀਤੇ, ਔਰ ਪਿਛਲੇ 10 ਮਹੀਨੇ ਤੋਂ ਫਾਈਲਾਂ ਦੇ ਉੱਤੇ ਟੈਗ ਲੱਗੇ ਹੋਏ ਨੇ, ਅੱਜ ਕਰਦੇ ਹਾਂ ਅਦਾਲਤ ਤੋਂ ਪ੍ਰਵਾਨਗੀ ਲੈਂਦੇ ਹਾਂ, ਅਸੀਂ ਗੇੜੇ ਕੱਟੀ ਜਾਂਦੇ, ਕੋਈ ਮੈਨੂੰ ਇੱਕ ਮੈਨੂੰ ਤਾਂ ਮੈਨੂੰ ਮੇਰਾ ਤਾਂ ਇਹਨਾਂ ਨੂੰ ਪੰਜਾਬ ਸਰਕਾਰ ਕਹਿਣ ਨੂੰ ਜੀਵ ਨਹੀਂ ਕਰਦਾ, ਕਦੋਂ ਕੋਈ ਸਰਕਾਰ ਉਹ ਹੁੰਦੀ ਤੇ ਲੋਕਾਂ ਦੀ ਗੱਲ ਕਰਦੀ ਹੈ, ਕੋਈ ਤਾਂ ਕਰਦੇ ਯਾਰ, ਕੋਈ ਕੋਈ ਇੱਕ ਗੱਲ ਤਾਂ ਕਲੀਅਰ ਕਰ ਦਿਓ, ਇਹ ਤੈਨੂੰ ਕਹਿੰਦਾ ਵੀ ਉੱਥੇ ਹੁਣ ਮੈਂ ਇੱਕ ਪੀੜਤ ਵਿਅਕਤੀ ਹੈ, ਤੁਸੀਂ ਨੀ ਸੁਣ ਰਹੇ ਸੈਂਟਰ ਵਾਲੇ ਨੂੰ ਸੁਣ ਰਹੇ, ਸਗੋਂ ਤੁਸੀਂ ਤੁਸੀਂ ਮਰੇ ਹੋਏ ਇੱਕ ਨੌਜਵਾਨ ਦੀ ਜਿਹੜਾ ਕਿ ਸਰਕਾਰ ਦਾ ਕਮਾਊ ਪੁੱਤ ਸੀ ਕਰੋੜ ਰੁਪਏ ਟੈਕਸ ਦੇ ਨਾਲ ਸੀ, ਉਹਦੀ ਤਾਂ ਤੁਸੀਂ ਮੌਤ ਨੂੰ ਰੋਲਣ ਤੇ ਲੱਗੇ ਹੋਏ ਹੋ, ਜੇ ਕੋਈ ਪਰਿਵਾਰ ਨੇ ਕੋਈ ਫੈਸਲਾ ਲੈ ਕੇ ਹੂਆ ਫੱਕ ਲਿਆ ਕੋਈ ਬੱਚੇ ਦਾ ਪਰਮਾਤਮਾ ਨੇ ਬਖਸ਼ਿਸ਼ ਕਰਤੀ, ਚਲੋ ਤੁਸੀਂ ਨੋਟਿਸ ਕਰਤੇ 24 ਘੰਟੇ ਦੇ ਵਿੱਚ ਦੋਵੇਂ ਸਰਕਾਰਾਂ ਨੇ ਸਾਡੇ ਮਗਰ ਧਾਰਾ ਅਫਸਰਾਂ ਨੇ ਭੇਜ ਦੀਆਂ, ਤੇ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ। ਹਾਂ ਹੁਣ ਜਿਹੜੇ ਹੁਣ 14 ਦਿਨ ਨੂੰ ਚਿੱਠੀ ਬੱਚੇ ਛੋਟੇ ਬੱਚੇ ਦੀ ਪੜਤਾਲ ਕਰਨ ਬਾਰੇ ਕੱਢੀ, ਉਹ ਤਾਂ ਸਰਕਾਰ ਦੇ 24 ਘੰਟੇ ਐਕਸ਼ਨ ਲੈ ਕੇ ਸਾਡੇ ਮਗਰ ਅਫਸਰ ਭੇਜਦੇ, ਤੇ ਜਿਹੜੀ ਉਹਨੇ ਇਹਦੀ ਸੁਰੱਖਿਆ ਦੇਣ ਬਾਰੇ ਕੀਤੀ ਸੀ ਉਹ ਚਿੱਠੀ ਸਾਡੀ ਹਾਲੇ ਤੱਕ ਫਾਈਲਾਂ 'ਚ ਪਈ ਹੈ, 24 ਘੰਟਿਆਂ 'ਚ ਮਰਡਰ ਵੀ ਕਰਵਾਤਾ ਉਹਦਾ, ਬਹੁਤ ਜ਼ਾਲਮ ਸਰਕਾਰ ਹੈ ਜੀ, ਇਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ, ਵਿਸ਼ਵ ਭਰ ਦੇ ਵਿੱਚੋਂ ਇਹਨਾਂ ਨੂੰ ਲਾਂਤਾ ਪੈ ਰਹੀਆਂ ਨੇ ਸਾਰੇ ਕਮਿਊਨਿਟੀ, ਸਿੱਖ ਕਮਿਊਨਿਟੀ ਦਾ ਕੀ, ਦੂਸਰੇ ਗੋਰੇ ਕਾਲੇ ਵੀ ਲੋਕ ਲਾਂਤਾ ਪਾ ਰਹੇ ਨੇ ਵੀ ਯਾਰ ਇਸ ਤਰ੍ਹਾਂ ਦੇ ਜਿਹੜੇ ਦੁਨੀਆਂ ਇਹੋ ਜਿਹੇ ਕਲਾਕਾਰਾਂ ਨੂੰ ਸੰਭਾਲ ਕੇ ਰੱਖਦੀ ਹੈ ਜਿਹੜੇ ਬਾਹਰਲੇ ਮੁਲਕਾਂ 'ਚ ਰੈਵਨਿਊ ਲੈ ਕੇ ਆਪਦੇ ਦੇਸ਼ ਦਾ ਖਜ਼ਾਨਾ ਭਰਦੇ ਆ, ਔਰ ਇਹ ਲੋਕ ਮਰਵਾ ਰਹੇ ਸ਼ਰਿਆਂ,
ਕਿਉਂਕਿ ਇਹ ਨਹੀਂ ਚਾਹੁੰਦੇ ਵੀ ਇਹਨਾਂ ਤੋਂ ਕੋਈ ਕਾਬਲ ਇਨਸਾਨ ਲੀਡਰ ਵਰਗੇ ਉਭਰੇ, ਕੋਈ ਨਵਾਂ ਨੌਜਵਾਨ ਯੂਥ ਦੇ ਵਿੱਚੋਂ ਕੋਈ ਨੇਤਾ ਬਣ ਕੇ ਅੱਗੇ ਆਵੇ ਤਾਂ ਆਪਣੇ ਦੇਸ਼ ਨੂੰ ਦਿਸ਼ਾ ਦੇ ਸਕਦਾ ਹੋਵੇ। ਇਹ ਆਪਣੇ ਲੋਕਾਂ ਨੂੰ ਜੁਮਲੇ ਮਾਰ ਮਾਰ ਕੇ, ਝੂਠ ਮਾਰ ਮਾਰ ਕੇ, ਬੇਵਕੂਫ ਬਣਾ ਕੇ ਆਪਣੇ ਰਾਜਭਾਗ ਚਲਾਉਣਾ ਚਾਹੁੰਦੇ ਨੇ। ਇਹ ਕਾਬਲ ਕੋਈ ਵੀ ਟੈਲੈਂਟਡ ਬੱਚਾ ਕਿਸੇ ਸਧਾਰਨ ਪਰਿਵਾਰ ਚ ਪੈਦਾ ਹੁੰਦਾ, ਉਹਨੂੰ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹਨਾਂ ਚ ਬੈਠੇ ਲੋਕ ਕਾਰੋਬਾਰ ਚਲਾ ਰਹੇ ਆ। ਹਰ ਇੱਕ ਜੇਲ੍ਹ ਦਾ ਹਰ ਸੈੱਲ ਜਿਹੜਾ ਹੈਗਾ ਉਹ ਰੈਂਟ ਦੇ ਉੱਤੇ ਚੜ੍ਹਦਾ। ਜੇਲ੍ਹ ਮੁਖਬਰੀ ਆਪ ਹੈ ਮੁੱਖ ਮੰਤਰੀ ਸਾਹਿਬ, ਮੋਟੀ ਕਮਾਈ ਜਿਹਨਾਂ ਦੇ ਵਿੱਚੋਂ ਕਰ ਰਹੇ ਆ ਜੀ ਸਾਰੇ ਇਹ। ਤੁਸੀਂ ਕਦੇ ਇਹਦਾ ਸਟਿੰਗ ਆਪਰੇਸ਼ਨ ਜਾਂ ਕਿਸੇ ਤੋਂ ਕਰਕੇ ਦੇਖੋ, ਕੈਦੀਆਂ ਦੇ ਨਾਲ ਗੱਲ ਕਿਸੇ ਨਾਲ ਕਰਕੇ ਵੀ ਇੱਕ ਕੈਦੀ ਕਿੰਨਾ ਪੇ ਕਰ ਰਿਹਾ ਹਰ ਇੱਕ ਨੂੰ, ਬਹੁਤ ਬੁਰਾ ਹਾਲ ਹੈ ਜੇਲ੍ਹਾਂ ਦਾ ਜੀ। ਬਲਕੌਰ ਸਿੰਘ ਜੀ, ਤੁਸੀਂ ਗੱਲ ਛੇੜੀ ਤਾਂ ਮੈਨੂੰ ਯਾਦ ਵੀ ਆ ਗਿਆ ਉਹ ਇੰਸੀਡੈਂਟ ਜਿਹੜੇ ਤੁਹਾਡੇ ਨਵਜੰਮੇ ਬੱਚੇ ਦੇ ਦੌਰਾਨ ਕੰਟਰੋਵਰਸੀ ਸ਼ੁਰੂ ਹੋਈ, ਤੁਹਾਨੂੰ ਮਜਬੂਰ ਹੋ ਕੇ ਲਾਈਵ ਹੋਣਾ ਵੀ ਪਿਆ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋਗੇ ਕਿ ਇੰਨੀ ਵੱਡੀ ਕੰਟਰੋਵਰਸੀ ਹੋਈ ਕਿਉਂ? ਇਹਨਾਂ ਦੀ ਕੰਟਰੋਵਰਸੀ ਕਾਹਤੋਂ ਹੋਈ? ਮੇਰਾ ਸੋਚਣਾ ਤਾਂ ਇਹ ਹੈ ਵੀ ਸਿੱਧੂ ਨੂੰ ਮਾਰ ਕੇ ਇਹਨਾਂ ਨੇ ਇੱਕ ਹਊਆ ਖਤਮ ਕੀਤਾ ਸੀ। ਔਰ ਨਿੱਕਾ ਸਿੱਧੂ ਦੇ ਜਨਮ ਹੋਣ ਦੇ ਨਾਲ ਦੁਬਾਰਾ ਫਿਰ 3 ਕਰੋੜ ਲੋਕ ਸੜਕਾਂ ਦੇ ਉੱਤੇ ਸੀ। ਉਹਦੇ ਜਨਮ ਦੀ ਜਿਹੜੀਆਂ ਖੁਸ਼ੀਆਂ ਸੀ, ਜਿਹੜੀ ਪਹਿਲੀ ਵੀਡੀਓ ਸੀ ਉਹਦੀ ਮੇਰਾ ਖਿਆਲ ਉਹ 31 ਮਿਲੀਅਨ ਚੱਲ ਗਈ ਸੀ। ਔਰ ਲੋਕਾਂ ਦਾ ਖੁਸ਼ੀ ਦੇ ਵਿੱਚ ਇੰਨੀ ਭਾਰੀ ਗਿਣਤੀ 'ਚ ਸ਼ਰੀਕ ਹੋਣਾ, ਸ਼ਾਇਦ ਸਰਕਾਰਾਂ ਜਾਂ ਏਜੰਸੀਆਂ ਨੂੰ ਇਹਨਾਂ ਨੇ ਕੰਨ ਖੜੇ ਕਰ ਲਏ ਵੀ ਇਹ ਫਿਰ ਉਹੀ ਗੱਲਬਾਤ ਮੰਨਦੀ ਜਾਂਦੀ ਹੈ ਜਿਹੜੀ ਆਪਾਂ ਖਤਮ ਕਰੀ ਸੀ। ਔਰ ਮੈਂ ਇਸ ਗੱਲ ਦੀ ਚਿੰਤਾ ਜ਼ਾਹਰ ਕਰਦਾ, ਉਹ ਨੋਟਸ ਨੂੰ ਬੇਸ਼ੱਕ ਸਰਕਾਰ ਨੋਟਿਸ ਕਹਿੰਦੀ ਹੋਵੇ, ਪਰ ਮੈਂ ਉਹ ਆਪਣੇ ਬੱਚੇ ਲਈ, ਆਪਣੇ ਪਰਿਵਾਰ ਲਈ ਗੰਭੀਰ ਖਤਰਾ ਮੰਨਦਾ ਉਸ ਗੱਲ ਦਾ ਵੀ ਇਹ ਕੋਈ ਆਮ ਗੱਲ ਨਹੀਂ ਸੀ, ਇਹ ਕੋਈ ਏਦਾਂ ਹੀ ਚਿੱਠੀ ਕਰਤੀ ਤੇ ਏਦਾਂ ਹੀ ਕਰਤੀ। ਇਹ ਬਹੁਤ ਵੱਡੀ ਚਿੰਤਾ ਇਹਦੇ ਪਿੱਛੇ, ਔਰ ਮੈਂ ਇਹਨੂੰ ਮੰਦਭਾਗਾ ਕਹਿੰਦਾ ਵੀ ਜੇਕਰ ਇਸ ਮੁਲਕ ਦੇ ਵਿੱਚ ਰਹਿਣ ਵਾਲੇ ਇੱਕ ਮਾਸੂਮ ਵੀ ਸੇਫ ਨਹੀਂ ਮੰਨ ਰਹੇ ਆਪਣੇ ਆਪ ਨੂੰ, ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਹੈ? ਠੀਕ ਹੈ, ਇੱਕ ਛੋਟਾ ਜਿਹਾ ਸਵਾਲ ਬਲਕੌਰ ਸਿੰਘ ਜੀ, ਕਿਉਂਕਿ 2022 ਦੀ ਇਲੈਕਸ਼ਨ ਹੁੰਦੀ ਹੈ ਜਿਸ ਦੇ ਵਿੱਚ ਇੱਕ ਵੱਡਾ ਮੈਂਡੇਟ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ, 92 MLA ਜਿੱਤਦੇ ਨੇ, ਉਸ ਤੋਂ ਥੋੜ੍ਹੀ ਦੇਰ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ, ਕਤਲ ਤੋਂ ਬਾਅਦ ਸੰਗਰੂਰ ਦੀ ਬਾਈ ਇਲੈਕਸ਼ਨ ਆਉਂਦੀ ਹੈ ਜਿਹੜੀ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰਦੀ ਹੈ, ਔਰ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾਂਦਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੈ ਜਿਹੜਾ ਉਹ ਸਭ ਤੋਂ ਵੱਡਾ ਕਾਰਨ ਰਿਹਾ ਸੰਗਰੂਰ ਦੀ ਜਿਹੜੀ ਜ਼ਿਮਨੀ ਚੋਣ ਹਾਰਨ ਦਾ ਆਮ ਆਦਮੀ ਪਾਰਟੀ ਦੀ। ਪਰ ਤੁਹਾਨੂੰ ਇਹ ਲੱਗਦਾ ਕਿ ਇਸ ਇਲੈਕਸ਼ਨ ਦੇ ਵਿੱਚ ਵੀ ਉਹ ਗੱਲ ਹੈ ਜਿਹੜੀ ਉਹਦਾ ਕੋਈ ਫਰਕ ਪਏਗਾ, ਅਸਰ ਹੋਏਗਾ? ਬਿਲਕੁਲ ਜੀ, ਜੋ ਲੋਕਾਂ ਦੇ ਵਿੱਚ ਨਾਰਾਜ਼ਗੀ ਤਾਂ ਹੈਗੀ ਹੈ ਨਾ, ਜਦੋਂ ਮੈਂ ਜਾਣਦਾ ਲੋਕ ਮੈਨੂੰ ਕਾਹਦੇ ਲਈ ਮਿਲਦੇ ਆ, ਮੈਂ ਕਿਹੜਾ ਕੋਈ ਰਾਜਨੇਤਾ ਹਾਂ, ਮੈਂ ਕਿਹੜਾ ਕੋਈ ਸੈਲੀਬ੍ਰਿਟੀ ਹੈ ਜਾਂ ਫਿਲਮੀ ਕਲਾਕਾਰ ਹਾਂ ਵੀ ਜਦ ਲੋਕ ਮੈਨੂੰ ਵੇਖਣ ਲਈ ਆਉਂਦੇ ਆ। ਉਹ ਜੇ ਮੈਨੂੰ ਮਿਲਦੇ ਆ ਤਾਂ ਉਹ ਸਿਰਫ ਬੇਟੇ ਦੀ ਮੌਤ ਕਰਕੇ ਮਿਲਦੇ ਆ, ਉਹ ਉਸ ਵੱਡੇ ਜ਼ੁਲਮ ਦੇ ਖਿਲਾਫ ਮਿਲਦੇ ਆ, ਤਾਂ ਉਮੀਦ ਕਰਦੇ ਆ ਲੋਕ ਬਿਲਕੁਲ ਇਹਨਾਂ ਦੇ ਖਿਲਾਫ ਫਤਵਾ ਦੇਣਗੇ ਇਸ ਵਾਰ। ਬਿਲਕੁਲ ਠੀਕ ਹੈ ਬਲਕੌਰ ਸਿੰਘ ਜੀ, ਬਸ ਇੱਕ ਦੋ ਛੋਟੇ ਜਿਹੇ ਸਵਾਲ ਹੈ ਮੇਰੇ, ਕਿਉਂਕਿ ਅੱਜ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ 2 ਸਾਲ ਪੂਰੇ ਹੋ ਚੁੱਕੇ ਨੇ, ਬਹੁਤ ਬੇਸਬਰੀ ਨਾਲ ਲੋਕ ਇੱਕ ਇੱਕ ਗਾਣੇ ਦਾ ਇੰਤਜ਼ਾਰ ਕਰਦੇ ਹੁੰਦੇ ਨੇ, ਲੋਕ ਇਹ ਜਾਣਨਾ ਵੀ ਚਾਹੁੰਦੇ ਨੇ ਕਿ ਕਿੰਨੇ ਕੁ ਗਾਣੇ ਹੋਰ ਪਏ ਨੇ। ਉਮੀਦ ਤਾਂ ਇਹ ਵੀ ਕੀਤੀ ਜਾ ਰਹੀ ਸੀ ਕਿ ਸ਼ਾਇਦ ਬਰਸੀ 'ਤੇ ਕੋਈ ਗਾਣਾ ਆਏਗਾ, ਪਰ ਉਹ ਨਹੀਂ ਆਇਆ, ਥੋੜ੍ਹੀ ਜਿਹੀ ਉਹਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਤਾਂ? ਨਹੀਂ ਜੀ, ਗਾਣਾ ਹਾਲੇ ਅਸੀਂ ਫਿਲਹਾਲ ਰੋਕਿਆ ਹੋਇਆ, ਕਿਉਂਕਿ ਪਿੱਛੇ ਕਈ ਗਾਣੇ ਰੈਗੂਲਰ ਚੱਲ ਗਏ ਥੋੜ੍ਹੇ ਸਮੇਂ ਦੇ ਬਾਅਦ, ਹੁਣ ਉਹਦੇ ਜਿਹੜੀਆਂ UK ਦੇ ਬਾਹਰਲੇ ਕਲਾਕਾਰਾਂ ਦੇ ਨਾਲ ਕਲੈਬ ਹੋਈਆਂ ਪਈਆਂ ਨੇ, ਜਿੱਦਾਂ ਹੁਣ ਸਟੈਫ ਲੰਡਨ ਦਾ ਗਾਣਾ ਆ ਰਿਹਾ ਡਿਲੇਮਾ,
ਉਸ ਤੋਂ ਪਹਿਲਾਂ ਉਸ ਤੋਂ ਬਾਅਦ ਸਟੀਲ ਬੈਂਗਲ ਨਾਲ ਵੀ ਆਏਗਾ। ਫਿਰ ਸਾਨੂੰ ਇਹ ਲੱਗਿਆ ਸੀ ਬਾਹਰਲੇ ਕਲਾਕਾਰ ਵੀ ਗਾਣੇ ਛੱਡ ਰਹੇ ਆ, ਵਿੱਚ ਅਸੀਂ ਛੱਡੀ ਗਏ, ਤਾਂ ਫਿਰ ਉਹ ਸਾਡੇ ਚਾਹੁਣ ਵਾਲੇ ਨੇ ਸਾਨੂੰ ਮੈਸੇਜ ਕੀਤੇ ਵੀ ਤੁਸੀਂ ਇਹ ਨਿਕਾਹ ਨਾ ਕਰੋ, ਪਹਿਲਾਂ ਇਹਨਾਂ ਗਾਣਿਆਂ ਨੂੰ ਨਿਕਲ ਜਾਣ ਦਿਓ, ਫਿਰ ਆਪਾਂ ਨਵੇਂ ਸਾਲ ਦੇ ਵਿੱਚ ਕੋਈ ਗਾਣਾ ਅੱਗੇ ਆਪਾਂ ਕਰਾਂਗੇ। ਚਲੋ ਇੱਕ ਆਖਰੀ ਸਵਾਲ ਬਲਕੌਰ ਸਿੰਘ ਜੀ, ਅੱਜ ਦੇ ਦਿਨ ਦੇ ਵਿੱਚ ਕੀ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਕਹਿਣਾ ਚਾਹੁੰਦੇ ਹੋ ਜਾਂ ਉਹਨਾਂ ਲੋਕਾਂ ਨੂੰ, ਕਿਉਂਕਿ ਇਲੈਕਸ਼ਨ 1 ਜੂਨ ਨੂੰ ਵੋਟਾਂ ਪੈਣੀਆਂ ਨੇ, ਕੀ ਕਹਿਣਾ ਚਾਹੁੰਦੇ ਹੋ? ਪੂਰੀ ਦੁਨੀਆ ਅੱਜ ਤੁਹਾਨੂੰ ਸੁਣ ਰਹੀ ਹੈ। ਬਿਲਕੁਲ, ਮੈਂ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਫੈਨਸ ਤਾਂ ਸਗੋਂ ਮੈਨੂੰ ਕਹਿੰਦੇ ਆ ਬਾਪੂ ਐਂ ਕਰ, ਬਾਪੂ ਐਂ ਕਰ। ਉਹ ਤਾਂ ਸਭ ਕੁਝ ਸੋਚੀ ਸਮਝੀ ਬੈਠੇ ਨੇ ਜੀ ਜੀ, ਜੋ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਤਾਂ ਸਾਡਾ ਫੋਟੋ ਦੇਖ ਕੇ ਚਿਹਰਾ ਪੜ੍ਹ ਲੈਂਦੇ ਨੇ ਵੀ ਬਾਪੂ ਕਿਸੇ ਪਰੇਸ਼ਾਨੀ 'ਚ ਹੈ ਜਾਂ ਆਹ ਗੱਲ ਕਰਨੀ ਚਾਹੀਦੀ, ਆਹ ਨਹੀਂ ਕਰਨੀ ਚਾਹੀਦੀ। ਇਸ ਕਰਕੇ ਫੈਨਸ ਤਾਂ ਮੇਰੇ ਪਰਿਵਾਰ ਦਾ ਇੱਕ ਅਨਿੱਖੜਵਾ ਅੰਗ ਨੇ, ਉਹ ਤਾਂ ਹਮੇਸ਼ਾ ਮੇਰੇ ਨਾਲ ਰਹਿਣਗੇ ਜੀ। ਅਤੇ ਸੁਨੇਹਾ ਇਹੀ ਹੈ ਵੀ ਜੇ ਆਪਾਂ ਨੂੰ ਜਸਟਿਸ ਲੈਣਾ ਤਾਂ ਆਪਾਂ ਨੂੰ ਫਤਵਾ ਵੀ ਬਦਲੀ, ਇੱਕ ਬਦਲਾਅ ਵੱਡਾ ਕਰਨਾ ਪੈਣਾ, ਤਾਂ ਆਪਾਂ ਨੂੰ ਕਿਸੇ ਹੋਰ ਰਾਜਨੀਤਿਕ ਧਿਰ ਤੋਂ ਵੀ ਥੋੜ੍ਹੀ ਉਮੀਦ ਰੱਖਣੀ ਚਾਹੀਦੀ ਹੈ, ਕਿਉਂਕਿ ਸਾਰੇ ਲੀਡਰਾਂ ਨਾਲ ਵੀ ਡਿਸਕਸ ਹੋਈ ਹੈ, ਸਭ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਅਸੀਂ ਸੰਸਦ ਦੇ ਵਿੱਚ ਜਾ ਕੇ ਇਹਨੂੰ ਬੜੇ ਜ਼ੋਰ ਸ਼ੋਰ ਨਾਲ ਮੁੱਦੇ ਨੂੰ ਚੁੱਕਾਂਗੇ, ਤਾਂ ਇਹਦੀ ਦੁਬਾਰਾ ਪਾਰੀ ਇਨਵੈਸਟੀਗੇਸ਼ਨ ਦੁਬਾਰਾ ਕਰਵਾਵਾਂਗੇ। ਬਿਲਕੁਲ ਠੀਕ ਜੀ, ਉਮੀਦਾਂ ਹੀ ਕਰ ਸਕਦੇ ਵੀਰ ਜੀ, ਉਸ ਤਰ੍ਹਾਂ ਮੈਂ ਵੀ ਲੱਗਾ ਹੋਇਆ ਜੀ ਜੀ। ਬਲਕੌਰ ਸਿੰਘ ਜੀ, ਦੇਖੋ ਬੰਦੇ ਦੀ ਕਮੀ ਕੋਈ ਪੂਰਾ ਨਹੀਂ ਕਰ ਸਕਦਾ, ਪਰ ਤੁਹਾਡੇ ਘਰ ਦੇ ਵਿੱਚ ਇੱਕ ਖੁਸ਼ੀ ਵੀ ਆਈ ਹੈ ਕਿ ਬਲਕੌਰ ਸਿੰਘ ਇਹ ਚਾਹਣਗੇ ਕਿ ਸਿੱਧੂ ਮੂਸੇਵਾਲੇ ਵਰਗਾ ਤਾਂ ਵੈਸੇ ਦੁਨੀਆ 'ਚ ਕੋਈ ਹੈ ਨਹੀਂ, ਨਾ ਕੋਈ ਜਲਦੀ ਜਲਦੀ ਬਣ ਪਾਏਗਾ, ਛੋਟਾ ਸਿੱਧੂ ਮੂਸੇਵਾਲਾ ਵੀ ਸਿੱਧੂ ਮੂਸੇਵਾਲਾ ਵਾਂਗੂ ਬਣੇ? ਇਹ ਇਕੱਲਾ ਮੈਂ ਹੀ ਨਹੀਂ ਚਾਹੁੰਦਾ ਜੀ, ਆਮ ਆਵਾਮ ਹੈ ਸਾਰੀ ਉਹਨੂੰ ਚਾਹੁਣ ਵਾਲੀ ਹੈ। ਮੇਰਾ ਖਿਆਲ ਹੈ ਉਹਨਾਂ ਦੀ ਐਕਸਾਈਟਮੈਂਟ ਇੰਨੀ ਇਸ ਕਦਰ ਹੈ, ਉਹਨਾਂ ਉਹ ਚਾਹੁਣ ਤਾਂ ਇਹਨੂੰ ਅੱਜ ਫੜ ਕੇ ਸਟੇਜ 'ਤੇ ਚੜ੍ਹਾ ਦੇਣ, ਲੇਕਿਨ ਉਹਨਾਂ ਦੀਆਂ ਦੁਆਵਾਂ ਹੌਲੀ ਹੌਲੀ ਮਾਲਕ ਕਿਰਪਾ ਕਰੂਗਾ, ਇੰਨੇ ਲੋਕਾਂ ਦੀ ਅਰਦਾਸ ਤਾਂ ਕਦੇ ਵਿਰਥੀ ਵੀ ਨਹੀਂ ਜਾਂਦੀ ਜੀ, ਉਹ ਸੰਭਵ ਵੀ ਹੈ, ਹੋ ਵੀ ਸਕਦਾ ਵੀ ਹੋ ਜਾਵੇ ਇਸ ਤਰ੍ਹਾਂ। ਚਲੋ ਬਹੁਤ ਬਹੁਤ ਧੰਨਵਾਦ ਬਲਕੌਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਅਤੇ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਨੈਟਵਰਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ, ਕਿਉਂਕਿ ਜੋ ਦੁੱਖ ਤੁਸੀਂ ਸਹਿਣ ਕਰ ਰਹੇ ਹੋ, ਇਨਸਾਫ਼ ਦੀ ਲੜਾਈ ਲੜ ਰਹੇ ਹੋ, ਲੜਾਈ ਸ਼ਾਇਦ ਲੰਬੀ ਵੀ ਹੋ ਸਕਦੀ ਹੈ, ਸਾਡੇ ਵੱਲੋਂ ਸ਼ੁਭਕਾਮਨਾਵਾਂ ਵੀ ਤੁਹਾਨੂੰ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਅੱਜ ਪਹਿਲੀ ਵਾਰੀ TV 'ਤੇ ਖੁੱਲ੍ਹ ਕੇ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਉਸ ਤ੍ਰਾਸਦੀ ਦੇ ਵਿੱਚੋਂ ਨਿਕਲੇ, ਕਿੰਨੇ ਤਸ਼ੱਦਦ ਦੇ ਵਿੱਚੋਂ ਨਿਕਲੇ, ਹਾਲੇ ਵੀ ਕਿੰਨਾ ਕੁਝ ਉਹਨਾਂ ਨੂੰ ਸਹਿਣ ਕਰਨਾ ਪੈਂਦਾ, ਔਰ ਉਹਨਾਂ ਨੇ ਜੋ ਅਪੀਲ ਕੀਤੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਸਾਰਿਆਂ ਦੇ, ਕਿ ਕਿਵੇਂ ਸਿੱਧੂ ਮੂਸੇਵਾਲਾ ਤਾਂ ਪੂਰੇ ਦਾ ਪੂਰਾ ਪਰਿਵਾਰ ਹੈ ਇੱਕ ਟਰੋਮੇ ਦੇ ਵਿੱਚੋਂ ਨਿਕਲਿਆ, ਹਾਲੇ ਵੀ ਨਿਕਲਿਆ ਨਹੀਂ। ਉਹ ਕਹਿੰਦੇ ਕਿ ਉਸ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕ ਇੱਕ ਚੀਜ਼, ਕੱਪੜੇ, ਉਹਦੇ ਜੁੱਤੇ, ਉਹਦੀ ਸੰਭਾਲੀ ਹੋਈ ਇੱਕ ਇੱਕ ਚੀਜ਼, ਬਣਾਈ ਹੋਈ ਹਵੇਲੀ, ਉਹ ਸਾਰੀਆਂ ਚੀਜ਼ਾਂ ਹਰ ਰੋਜ਼ ਦੇਖਦੇ ਨੇ ਅਤੇ ਹਰ ਰੋਜ਼ ਮਰਦੇ ਨੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।